ਸਰ ਕਿਉਂਕਿ ਬਹੁਤ ਇਸ ਬਾਰ ਇੰਟਰਸਟਿੰਗ ਰਿਹਾ ਓਬਵੀਅਸਲੀ ਤੁਸੀਂ ਵੀ ਦੇਖਿਆ ਕੰਪੇਨਿੰਗ ਦੌਰਾਨ ਇੱਕ ਦੂਜੇ ਤੇ ਐਲੀਗੇਸ਼ਨ ਵੀ ਵੱਡੇ ਵੱਡੇ ਵਾਅਦੇ ਵੀ ਹੋਏ ਕਿਸ ਤਰ੍ਹਾਂ ਵੇਖਦੇ ਹੋ ਜੇਕਰ ਪਰਸੈਂਟੇਜ ਦੀ ਗੱਲ ਕਰ ਲਈਏ ਇਹ ਇਲੈਕਸ਼ਨ ਜਿਹੜਾ ਹੈਗਾ ਕਈ ਤਰੀਕੇ ਦੇ ਨਾਲ ਡਿਫਰੈਂਟ ਇਲੈਕਸ਼ਨ ਹੈ ਇੱਕ ਤਾਂ ਇਲੈਕਸ਼ਨ ਹੈ ਇਸ ਕਰਕੇ ਕਿ ਕਦੇ ਵੀ ਕਿਸੇ ਪ੍ਰਾਈਮ ਮਿਨਿਸਟਰ ਨੂੰ ਤੀਜੀ ਟਰਮ ਨਹੀਂ ਮਿਲੀ ਔਰ ਇਸ ਵੇਲੇ ਨਰਿੰਦਰ ਮੋਦੀ ਤੀਜੀ ਟਰਮ ਵਾਸਤੇ ਟਰਾਈ ਕਰ ਰਹੇ ਹਨ ਅਗਰ ਉਹਨਾਂ ਨੂੰ ਤੀਜੀ ਟਰਮ ਮਿਲਦੀ ਹੈ ਤਾਂ ਉਹ ਸਮਝ ਲਓ ਬੜੀ ਦੇਰ ਬਾਅਦ ਕਿਸੇ ਪ੍ਰਾਈਮ ਮਿਨਿਸਟਰ ਨੂੰ ਤੀਜੀ ਟਰਮ ਮਿਲੇਗੀ ਦੂਸਰੇ ਸੀਗਾ ਇਹ ਇਲੈਕਸ਼ਨ ਬਹੁਤ ਹੀ ਹਾਰਸ਼ ਗਰਮੀ ਦੇ ਵਿੱਚ ਹੋਇਆ ਜਿਹਦੀ ਵਜ੍ਹਾ ਕਰਕੇ ਨਾ ਕੇਵਲ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦੀ ਕੈਂਪੇਨਿੰਗ ਦੇ ਉੱਪਰ ਅਸਰ ਪਿਆ ਲੋਕਾਂ ਦੇ ਉਤਸ਼ਾਹ ਜਿਹੜਾ ਹੈਗਾ ਉਹ ਘੱਟ ਜਾਂਦਾ ਉਹਦੇ ਉੱਪਰ ਵੀ ਅਸਰ ਪਿਆ ਫੋਰ ਐਗਜ਼ਾਮਪਲ ਰੈਲੀਆਂ 'ਚ ਜਾਣਾ ਰੋਡ ਸ਼ੋਅਜ਼ ਦੇ ਵਿੱਚ ਜਾਣਾ ਉਹਦੀ ਗਿਣਤੀ ਘੱਟ ਜਾਂਦੀ ਹੈ ਤੀਸਰਾ ਜਿਹੜਾ ਵੋਟਰ ਟਰਨ ਆਊਟ ਹੈ ਵੋਟਰ ਟਰਨ ਆਊਟ ਵੈਦਰ ਦੇ ਉੱਪਰ ਬਹੁਤ ਡਿਪੈਂਡ ਕਰਦਾ ਫੋਰ ਐਗਜ਼ਾਮਪਲ ਕਿਸੇ ਵੇਲੇ ਬਹੁਤ ਹੀ ਜ਼ਿਆਦਾ ਮੀਂਹ ਪੈ ਰਿਹਾ ਕਿਸੇ ਦਿਨ ਵੋਟਿੰਗ ਵਾਲੇ ਦਿਨ ਤਾਂ ਉਹਦਾ ਇਫੈਕਟ ਜਿਹੜਾ ਹੈਗਾ ਡੈਫੀਨੇਟਲੀ ਹੋਵੇਗਾ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਸਕੋਰਚਿੰਗ ਹੀਟ 44-45 ਡਿਗਰੀ ਟੈਂਪਰੇਚਰ ਤੱਕ ਜਾ ਰਿਹਾ ਉਹਦਾ ਪ੍ਰਭਾਵ ਜਿਹੜਾ ਹੈਗਾ ਵੋਟਰ ਟਰਨ ਆਊਟ ਤੇ ਪਿਆ ਖਾਸ ਤੌਰ ਪਰ ਜਿਹੜੇ ਬਜ਼ੁਰਗ ਵੋਟਰ ਹੈ ਜਿਹੜੇ ਵੋਟਰ ਡਿਫਰੈਂਟਲੀ ਏਬਲਡ ਹੈ ਚੱਲ ਫਿਰ ਨਹੀਂ ਸਕਦੇ ਜਾਂ ਹੋਰ ਕੋਈ ਡਿਸਫੋਰਮਿਟੀ ਹੈ ਉਹਦੀ ਵਜ੍ਹਾ ਕਰਕੇ ਅਗਲਾ ਕਹਿੰਦਾ ਯਾਰ ਮੇਰੇ ਵਾਸਤੇ ਤਾਂ ਬਹੁਤ ਮੁਸ਼ਕਿਲ ਹੈ ਜਿਹੜੇ ਬਹੁਤ ਵਿਰਧ ਹੈ ਹਾਲਾਂਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਅਸੀਂ ਘਰੋਂ ਵੋਟਾਂ ਪਵਾਵਾਂਗੇ 85% ਸੀਨੀਅਰ ਸਿਟੀਜ਼ਨ ਹੈ ਲੇਕਿਨ ਉਹਦਾ ਅਵੇਲ ਬਹੁਤ ਜ਼ਿਆਦਾ ਨਹੀਂ ਕੀਤੇ ਲੋਕ ਵੋਟ ਉੱਥੇ ਜਾ ਕੇ ਪਾਉਣਾ ਚਾਹੁੰਦੇ ਹੈ ਉਹਦਾ ਇੱਕ ਇੰਪੈਕਟ ਪਿਆ ਹੈਗਾ ਇੱਕ ਹੋਰ ਜਿਹੜਾ ਇੰਪੈਕਟ ਹੈਗਾ ਕਿ ਥੋੜੀ ਜਿਹੀ ਡਿਸਗਰੰਟਲਡ ਵੀ ਵੋਟਰ ਰਿਹਾ ਡਿਸਗਰੰਟਲਡ ਇਸ ਕਰਕੇ ਰਿਹਾ ਐਤਕੀ ਇਲੈਕਸ਼ਨ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਡਿਸਕੋਰਸ ਸੀਗਾ ਯਾਨੀ ਕਿ ਕੈਂਪੇਨ ਜਿਹੜੀਆਂ ਆਪਣੇ ਤਕਰੀਰਾਂ ਕੀਤੀਆਂ ਉਹਦੇ ਵਿੱਚ ਨਾ ਬਹੁਤ ਹੀ ਲੋਅਰ ਕਿਸਮ ਦਾ ਜਿਹੜਾ ਡਿਸਕੋਰਸ ਹੈ ਜਿਹਦੀ ਵਜ੍ਹਾ ਕਰਕੇ ਜਿਹੜਾ ਸ਼ਰੀਫ ਵੋਟਰ ਹੈ ਉਹ ਕਈ ਵਾਰ ਬੜਾ ਡਿਸਗਰੰਟਲ ਹੋ ਜਾਂਦਾ ਵੀ ਇਹ ਸਾਰੇ ਇਹੋ ਜਿਹੇ ਕੀ ਲੋੜ ਹੈ ਇਹਦੇ ਵਿੱਚ ਤੁਸੀਂ ਦੇਖੋ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਆਪਾਂ ਕਹਿੰਦੇ ਵੀ ਬਹੁਤ ਹੀ ਅਵੇਅਰ ਨਾਗਰਿਕ ਰਹਿੰਦਾ ਬੜਾ ਜਾਗਰੂਕ ਨਾਗਰਿਕ ਰਹਿੰਦਾ ਉੱਥੇ ਵੋਟ ਪਰਸੈਂਟੇਜ ਦਾ ਘਟਨਾ ਕਿਸੇ ਇਲੈਕਸ਼ਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ 50% ਵੀ ਪੋਲਿੰਗ ਹੋਈ ਹੈ ਐਤਕੀ ਨਹੀਂ ਮੈਂ ਗੱਲ ਕਰ ਰਿਹਾ ਤਾਂ ਉਹਦਾ ਇੱਕ ਹੋਰ ਵਜ੍ਹਾ ਵੀ ਹੈ ਜਿਹੜਾ ਹਾਈਲੀ ਰਿਚ ਤਬਕਾ ਹੈਗਾ ਜਾਂ ਜਿਹੜਾ ਆਪਣੇ ਬਿਜ਼ਨਸ ਦੇ ਵਿੱਚ ਇੰਨਾ ਇਨਵੋਲਵ ਹੋ ਕਹਿੰਦਾ ਮੈਨੇ ਵੋਟ ਤੋਂ ਕੀ ਲੈਣਾ ਬੜੇ ਲੋਕ ਵੋਟ ਨਹੀਂ ਪਾਉਂਦੇ ਜਿਹੜਾ ਬਹੁਤ ਹੀ ਲੋਅਰ ਤਬਕਾ ਹੈਗਾ ਜਿਹਨੇ ਦਿਹਾੜੀ ਕਰਨੀ ਹੈ ਉਹ ਕਹਿੰਦਾ ਮੈਂ 2 ਘੰਟੇ ਉੱਥੇ 3 ਘੰਟੇ ਲਾਊਂਗਾ ਮੇਰੀ ਦਿਹਾੜੀ ਜਾਊਗੀ ਉਹਦਾ ਵੀ ਇੰਪੈਕਟ ਪੈਂਦਾ ਤਾਂ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹਦੀ ਵਜ੍ਹਾ ਕਰਕੇ ਵੋਟਿੰਗ ਜਿਹੜੀ ਹੈ ਘਟੀ ਹੈ ਔਰ ਥਰੂ ਆਊਟ ਇੰਡੀਆ ਘਟੀ ਹੈ ਔਰ ਐਵਰੇਜ ਤਕਰੀਬਨ 5-6% ਵੋਟ ਸ਼ੇਅਰ ਵੋਟ ਜਿਹੜਾ ਹੈਗਾ ਘਟਿਆ ਹੁਣ ਤੁਸੀਂ ਇੱਕ ਦੇਖੋ ਵੀ ਫੋਰ ਐਗਜ਼ਾਮਪਲ ਕਿਸੇ ਕੰਸਟੀਚੁਐਂਸੀ ਦੇ ਵਿੱਚ 62% ਲੋਕਾਂ ਨੇ ਵੋਟ ਪਾਈ ਮੈਂ ਡੈਮੋਕਰੇਸੀ ਦੀ ਗੱਲ ਕਰ ਰਿਹਾ ਡੈਮੋਕਰੇਸੀ ਜਿਹੜੀ ਹੈਗੀ ਆ ਉਹਦੇ ਵਿੱਚ ਨੰਬਰਸ ਹੁੰਦੇ ਆ ਜਿਹਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲਣ ਹੁਣ 62% ਜੇ ਵੋਟਾਂ ਪਈਆਂ ਤਾਂ 38% ਤਾਂ ਵੈਸੇ ਹੀ ਵੋਟਿੰਗ ਪ੍ਰੋਸੈਸ ਤੋਂ ਬਾਹਰ ਹੋ ਗਿਆ ਹੁਣ ਜਿਹੜਾ ਡਿਸਾਈਡ ਹੋਣਾ ਉਹ 62% ਚ ਹੋਣਾ 62% ਦੇ ਵਿੱਚ ਜੇ 4 ਕੈਂਡੀਡੇਟ ਖੜੇ ਆ ਉਹਨਾਂ ਵਿੱਚੋਂ ਅਗਰ ਕੋਈ 30% ਵੋਟ ਲੈ ਗਿਆ 35% ਲੈ ਗਿਆ ਉਹ ਜਿੱਤ ਗਿਆ ਦੈਟ ਮੀਨਸ ਕਿ 100 ਵੋਟਰਾਂ ਦੇ ਵਿੱਚੋਂ ਜਿਹੜਾ 35 ਨੂੰ ਰੀਪ੍ਰੈਜੈਂਟ ਕਰ ਰਿਹਾ ਉਹ ਤੁਹਾਡਾ ਨੁਮਾਇੰਦਾ ਪਾਰਲੀਮੈਂਟ ਦੇ ਵਿੱਚ ਜਾਂ ਅਸੈਂਬਲੀ ਦੇ ਵਿੱਚ ਬੈਠਾ ਇਹ ਡੈਮੋਕਰੇਸੀ ਦੀ ਇੱਕ ਬਹੁਤ ਵੱਡੀ ਜਿਹੜੀ ਇਹਨੂੰ ਕਹਿੰਦੇ ਆ
ਫਸਟ ਪਾਸ ਦਾ ਪੋਸਟ ਜਿਹੜਾ ਪਹਿਲੀ ਵਾਰ ਕਰੋਸ ਕਰ ਜਾਵੇ, ਉਹ ਉਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਡੈਮੋਕ੍ਰੇਸੀ ਉਹਦੇ ਨਾਲ ਲੱਗਦਾ ਕਿ ਯਾਰ ਇਹ ਤਾਂ ਮਾਈਨੋਰਿਟੀ ਗਵਰਨਮੈਂਟ ਹੈ ਇਹਨੇ ਵੇ, ਕਿਉਂਕਿ ਸਾਰੇ ਲੋਕਾਂ ਨੇ ਤਾਂ ਪਾਰਟੀਸਪੇਟ ਕੀਤਾ ਨਹੀਂ ਹੈ, ਮੈਜੋਰਿਟੀ ਨੇ ਤਾਂ ਪਾਰਟੀਸਪੇਟ ਕੀਤਾ ਵੀ ਨਹੀਂ ਹੈ। ਮੈਜੋਰਿਟੀ ਨੇ ਪਾਰਟੀਸਪੇਟ ਕੀਤਾ ਵੀ ਹੈ ਤਾਂ ਉਹਨਾਂ ਨੂੰ ਵੋਟਾਂ ਜਿਹੜੀਆਂ ਹੈਗੀਆਂ, ਜਿਹੜਾ ਜਿੱਤਿਆ ਕੈਂਡੀਡੇਟ ਆ ਉਹਨੂੰ ਤਾਂ 30-35% ਹੀ ਪਈਆਂ, ਬਾਕੀ ਤਾਂ ਇਹ ਜਿਹੜੀਆਂ ਹੈਗੀਆਂ ਇਨਬਿਲਟ ਡੈਮੋਕ੍ਰੇਸੀ ਦੀਆਂ ਪ੍ਰੋਬਲਮਸ ਹੈ, ਖਾਸ ਤੌਰ ਪਰ ਜਿਹੜੀ ਡੈਮੋਕ੍ਰੇਸੀ ਆਪਾਂ ਉਹ ਕਰ ਰਹੇ ਹਾਂ ਉਹਦੀ ਵਜ੍ਹਾ ਕਰਕੇ ਹੈ। ਬਾਕੀ ਹੈ ਕਿ ਵੋਟ ਪਰਸੈਂਟੇਜ ਦਾ ਫਰਕ ਅਗਰ ਘਟਦਾ ਹੈ ਤਾਂ ਉਹ ਸਾਰਿਆਂ ਪਰ ਪੈਂਦਾ, ਕਿਸੇ ਇੱਕ ਪਾਰਟੀ ਪਰ ਨਹੀਂ। ਲੇਕਿਨ ਸਰ 2014 ਦੀ ਅਸੀਂ ਗੱਲ ਕਰ ਲਈਏ, 2019 ਦੀ ਗੱਲ ਕਰ ਲਈਏ ਤੇ 2000 ਦੀ ਆਪਾਂ ਗੱਲ ਕਰ ਲਈਏ, ਕਿਤੇ ਨਾ ਕਿਤੇ ਡਾਊਨ ਗਿਆ ਉਹਦੀ ਉਹਦਾ ਇੱਕ ਹੋਰ ਮੈਨੂੰ ਕਾਰਨ ਵੀ ਲੱਗਦਾ। ਫੋਰ ਐਗਜ਼ਾਮਪਲ 2014 ਦਾ ਜਿਹੜਾ ਇਲੈਕਸ਼ਨ ਸੀਗਾ ਉਹਦੇ ਵਿੱਚ ਮੋਦੀ ਦੀਆਂ ਜਿਹੜੀਆਂ ਸਪੀਚਸ ਸੀਗੀਆਂ, ਚਾਹੇ ਉਹ 15 ਲੱਖ ਰੁਪਏ ਦੀ ਸੀਗੀ, ਚਾਹੇ ਉਹ ਬਲੈਕ ਮਨੀ ਦੀ ਸੀਗੀ, ਚਾਹੇ ਉਹ ਜਿਹੜੀ 2G ਸਕੈਮ ਔਰ ਉਹ ਸਕੈਮਸ ਦੇ ਖਿਲਾਫ, ਇੱਕ ਇਹ ਸੀਗਾ ਵੋਟਰ ਚਾਹੁੰਦਾ ਤਾਂ ਚੇਂਜ ਕਰ ਦਿਓ। ਉਹ ਜਿਹੜਾ ਚੇਂਜ ਇੱਕ ਲਹਿਰ ਸੀਗੀ, ਉਹ ਲਹਿਰ ਜਿਹੜੀ ਸੀਗੀ ਜਿਹੜਾ 2019 ਦੇ ਇਲੈਕਸ਼ਨ ਦੇ ਵਿੱਚ ਹੈ, ਉਹ ਲਹਿਰ ਨੇ ਇੱਕ ਰੂਪ ਧਾਰਨ ਕੀਤਾ ਜਿਹਨੂੰ ਕਿ ਆਪਾਂ ਕਹਿੰਦੇ ਹਾਂ ਨੈਸ਼ਨਲ ਸਿਕਿਉਰਿਟੀ, ਬਾਲਾਕੋਟ ਔਰ ਘਰ ਘੁਸ ਕੇ ਮਾਰੇਂਗੇ ਔਰ ਸਰਜੀਕਲ ਸਟ੍ਰਾਈਕਸ, ਇਸ ਚੀਜ਼ ਨੇ ਡੋਮੀਨੇਟ ਕੀਤਾ। ਲੇਕਿਨ ਇਹ ਜਿਹੜਾ ਇਲੈਕਸ਼ਨ ਹੈ ਇਸ ਇਲੈਕਸ਼ਨ ਦੇ ਵਿੱਚ ਵੇਵ ਨਜ਼ਰ ਨਹੀਂ ਆਈ ਉਸ ਤਰ੍ਹਾਂ ਦੀ। ਉਹ ਵੇਵ ਜਿਹੜੀ ਹੈਗੀ ਹੈ, ਲੋਕ ਸਾਇਲੈਂਟ ਵੋਟਰ ਸੀਗਾ, ਵੋਟ ਪਾ ਕੇ ਆਇਆ, ਲੇਕਿਨ ਇੱਕ ਵੇਵਲੈਸ ਜਿਹਾ ਇਲੈਕਸ਼ਨ ਸੀਗਾ। ਇਹ ਨਹੀਂ ਤਾਂ ਕਿਸੇ ਇੱਕ ਲੀਡਰ ਦੀ ਬਹੁਤ ਵੱਡੀ ਵੇਵ ਹੋਵੇ ਜਾਂ ਉਹਦੇ ਅਗੇਂਸਟ ਜਾਂ ਹੱਕ ਦੇ। ਇਸੇ ਕਰਕੇ ਸਰ ਹਜੇ ਵੀ ਬੜਾ ਸਸਪੈਂਸ ਬਰਕਰਾਰ ਹੈ। ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜ਼ਿਆਦਾਤਰ ਜਿਹੜੇ ਆਪਣੇ ਹੈਗੇ ਹੈ ਐਗਜ਼ਿਟ ਪੋਲ, ਹਾਲਾਂਕਿ ਐਗਜ਼ਿਟ ਪੋਲ ਠੀਕ ਹੈ, ਕੋਈ ਸਾਇੰਟੀਫਿਕ ਉਹਦਾ ਤਾਂ ਹੁੰਦਾ ਨਹੀਂ, ਉਹ ਆਪਣੇ ਆਪ ਨੂੰ ਕਹਿੰਦੇ ਬੜਾ ਸਾਇੰਟੀਫਿਕ ਢੰਗ ਨਾਲ ਅਸੀਂ ਕਰਦੇ ਹਾਂ, ਆਪਾਂ ਦੇਖਦੇ ਵੀ ਹਾਂ ਕਈ ਜਗ੍ਹਾ ਤੇ, ਲੇਕਿਨ ਜ਼ਿਆਦਾਤਰ ਐਗਜ਼ਿਟ ਪੋਲਸ ਕਹਿੰਦੇ ਆ ਕਿ ਬੀਜੇਪੀ ਐਨ ਡੀ ਏ ਦੀ ਸਰਕਾਰ ਬਣ ਰਹੀ ਹੈ। ਸੱਟਾ ਬਾਜ਼ਾਰ ਜਿਹੜਾ ਹੈਗਾ ਉਹਦੇ ਵਿੱਚ ਫਲੌਦੀ ਸੱਟਾ ਬਾਜ਼ਾਰ ਕਹਿ ਰਿਹਾ ਕਿ ਐਨ ਡੀ ਏ ਦੀ ਸਰਕਾਰ ਬਣ ਰਹੀ ਹੈ, ਔਰ ਮੁੰਬਈ ਦਾ ਸੱਟਾ ਬਾਜ਼ਾਰ ਕਹਿ ਰਿਹਾ ਕਿ ਉਹਨਾਂ ਦੀ ਸਰਕਾਰ ਬਿਲਕੁਲ ਡਿਫਰੈਂਟ ਹੈ। ਇਸੇ ਤਰੀਕੇ ਦੇ ਨਾਲ ਇੱਕ ਅੱਧਾ ਕੋਈ ਸਰਵੇ ਹੈਗਾ ਜਿਹੜਾ ਕਿ ਇਹਨੂੰ ਇੰਡੀਆ ਗਠਬੰਧਨ ਨੂੰ ਕਹਿ ਰਿਹਾ ਕਿ ਇਹਨਾਂ ਦੀ ਸਰਕਾਰ ਬਣੇਗੀ, ਬਾਕੀ ਤਾਂ ਪਤਾ ਲੱਗ ਜਾਣਾ ਵਿਦਇਨ 70 ਆਵਰਸ। ਲੇਕਿਨ ਇੰਨਾ ਜ਼ਰੂਰ ਹੈਗਾ ਕਿ ਜਿਹੜਾ ਇਹ ਇਲੈਕਸ਼ਨ ਹੋਇਆ, ਇਹ ਇਲੈਕਸ਼ਨ ਇੱਕ ਟਰਨਿੰਗ ਪੁਆਇੰਟ ਹੋਏਗਾ ਇੰਡੀਆ ਦੇ ਇਲੈਕਸ਼ਨ ਦੇ ਇਤਿਹਾਸ ਦੇ ਵਿੱਚ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਇਸ ਇਲੈਕਸ਼ਨ ਤੋਂ ਬਾਅਦ ਅਗਰ ਪਾਰਟੀਆਂ ਡਿਲੀਵਰ ਨਹੀਂ ਕਰਦੀਆਂ ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਜੋ ਵਾਅਦੇ ਕੀਤੇ ਜਾਂਦੇ ਹਨ, ਤਾਂ ਲੋਕ ਉੱਗਰ ਹੋ ਕੇ ਮੂਹਰੇ ਆਉਣਗੇ ਔਰ ਐਜੀਟੇਸ਼ਨ ਜਿਹੜਾ ਹੈਗਾ ਉਹ ਜ਼ਿਆਦਾ ਵਧਣਗੇ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਹਾਲਾਂਕਿ ਜਿੱਦਾਂ ਸਰ ਨੇ ਵੀ ਦੱਸਿਆ ਕਿਉਂਕਿ ਇਸ ਵਾਰ ਵੇਵ ਨਹੀਂ ਹੈ, ਪਹਿਲੀ ਗੱਲ। ਦੂਜਾ ਫੈਕਟਰ ਸਰ ਨੇ ਦੱਸਿਆ ਕਿ ਹੀਟ ਵੇਵ ਦਾ ਬਹੁਤ ਕਹਿਰ ਹੈ, ਕਿਉਂਕਿ ਜਿਸ ਤਰ੍ਹਾਂ ਗਰਮੀ ਪੈ ਰਹੀ ਹੈ ਲੋਕਾਂ ਦਾ ਇੰਟਰਸਟ ਕਿਸ ਤਰ੍ਹਾਂ ਦਾ ਹੈ, ਔਰ ਬਹੁਤ ਹੀ ਸਸਪੈਂਸ ਬਰਕਰਾਰ ਹੈ, ਜਿੱਦਾਂ ਪੂਰਾ ਬੜੇ ਬਰੀਫ ਤਰੀਕੇ ਦੇ ਨਾਲ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਰ ਨੇ ਦੱਸਿਆ ਕਿ ਇਸ ਵਾਰ ਕਿਸ ਤਰ੍ਹਾਂ ਬਿਲਕੁਲ ਹੀ ਚੇਂਜ ਇਸ ਵਾਰ ਇਲੈਕਸ਼ਨ ਦੇਖਣ ਨੂੰ ਮਿਲੇ, ਕਿਉਂਕਿ ਕਈ ਵੇਵ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਗਏ ਨੇ, ਹਾਲਾਂਕਿ ਲੋਕਾਂ ਦੀ ਕਿਉਂਕਿ ਪਰਸਨ ਜਿਹੜੀ ਵੋਟ ਦੀ ਘਟੀ ਹੈ ਉਹਦੇ ਵਿੱਚ ਵੀ ਕਈ ਕਾਰਨ ਹੁੰਦੇ ਨੇ। ਹਾਲਾਂਕਿ 4 ਜੂਨ ਨੂੰ ਇਹ ਸਾਰਾ ਕਲੀਅਰ ਹੋ ਜਾਣਾ ਕਿ ਕਿਹੜੀ ਸਰਕਾਰ ਆ ਰਹੀ ਹੈ, ਕਿਸ ਤਰ੍ਹਾਂ ਦੇ ਵਾਅਦੇ ਕੀਤੇ ਸੀ, ਕਿਸ ਤਰ੍ਹਾਂ ਦੇ ਲੋਕਾਂ ਦਾ ਜਿਹੜਾ ਮਨ ਹੈ ਉਹ ਕਿਸ ਤਰ੍ਹਾਂ ਦੇ, ਹੁਣ ਦੇਖਣਾ ਹੋਵੇਗਾ ਕਿ ਆਖਿਰ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਮਾਹੌਲ ਰਹਿਣ ਵਾਲਾ।